हां जी ਸਸਤੀ ਗੱਲ ਸਾਰਿਆਂ ਨੂੰ ਮੈਂ ਤੁਹਾਡੀ ਹਰਜੋਤ ਕੌਰ ਮੈਂ ਤੁਹਾਡੇ ਵਾਸਤੇ ਨਵਾਂ ਅਪਡੇਟ ਲੈ ਕੇ ਆਈ ਆ ਤੇ ਆਪਟੀਟ ਹੈਗਾ ਕਿ ਵੀਡੀਓ ਐਗਜ਼ਾਮ ਦਾ ਰੀਓਪਨ ਹੋਣ ਦੇ ਚਾਂਸਸ ਹੈਗੇ ਸਿਰਫ 10 ਦਿਨ ਲਈ ਹੈ ਨਾ ਤੇ 10 ਦਿਨ ਲਈ ਕਿਉਂ ਹੋਊਗਾ ਉਹਦੇ ਵਿੱਚ ਵੀ ਰੀਜ਼ਨ ਦੱਸਾਂਗੇ ਸਾਰੀ ਕਹਾਣੀ ਦੱਸਾਂਗੇ ਸਾਡੇ ਨਾਲ ਪੂਰੇ ਸੈਸ਼ਨ ਵਿੱਚ ਬਨੇ ਰਹੋ ਤੇ ਕਿੱਦਾਂ ਦਾ ਹੋ ਸਕਦਾ ਹੈ ਨਾ ਪਹਿਲਾਂ ਤਾਂ ਕੀ ਹੁੰਦਾ ਸੀਗਾ ਕਿ 2016 ਵਿੱਚ ਵੀਡੀਓ ਦਾ ਹੋਇਆ ਸੀਗਾ ਤੇ ਉਦੋਂ ਇਹ ਸੀਗਾ ਕਿ ਕਮਰਸ ਵਾਲੇ ਸਟੂਡੈਂਟਸ ਇੰਪੋਰਟੈਂਟ ਸੀਗੇ ਉੱਥੇ ਉਹਨਾਂ ਦੀ ਐਲੀਜੀਬਿਲਟੀ ਸੀਗੀ ਫਿਰ ਹੁਣ ਜਦੋਂ ਨਵਾਂ ਨੋਟੀਫਿਕੇਸ਼ਨ ਆਇਆ ਉਹਨਾਂ ਵਿੱਚ ਉਹਨਾਂ ਨੇ ਕੱਢਤਾ ਤੇ ਕੰਪਿਊ ਕੰਪਿਊਟਰ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਤੁਹਾਡੇ ਕੋਲੇ ਪਰ ਹੁਣ ਸੁਣਨ ਚ ਇਹ ਆ ਰਿਹਾ ਕਿ ਕੰਪਿਊਟਰ ਜਿਹੜੇ ਸਰਟੀਫਿਕੇਟ ਦੀ ਜਿਹੜੀ ਇੰਪੋਰਟੈਂਟ ਉਹ ਸੀਗਾ ਨਾ ਉਹ ਵੀ ਰਿਮੂਵ ਕਰ ਦੇਣਗੇ ਠੀਕ ਹੈ ਇੰਪਲੀਕੇਸ਼ਨ ਇਹ ਵਲੀ ਰਿਮੂਵ ਕਰ ਦੇਣਗੇ ਹੁਣ ਆਪਣੇ ਕੋਲੇ ਬਚਦਾ ਕੀ ਹੈ ਹੁਣ ਬਚਦਾ ਇਹ ਹੈ ਕਿ ਹੁਣ ਜਿਹੜੇ ਸਾਰੇ ਸਟੂਡੈਂਟਸ ਹੈਗੇ ਆ ਜਿੰਨੇ ਵੀ ਸਟੂਡੈਂਟਸ ਹੈਗੇ ਆਪਣੇ ਪੰਜਾਬ ਦੇ ਉਹ ਸਾਰੇ ਦੇ ਸਾਰੇ ਵੀਡੀਓ ਐਗਜ਼ਾਮ ਲਈ ਐਲੀਜੀਬਲ ਹੋ ਜਾਣਗੇ ਹੈਨਾ ਬਹੁਤ ਸਾਰੇ ਬੱਚਿਆਂ ਦਾ ਇਹ ਕਮੈਂਟ ਆ ਰਿਹਾ ਸੀਗਾ ਕਿ ਮੈਮ ਇਦਾਂ ਕਰਕੇ ਕੰਪਿਊਟਰ ਵਾਲਾ ਬੜਾ ਬੁਰਾ ਹੋ ਜਾਏਗਾ ਜਾਂ ਇਦਾਂ ਕਰਕੇ ਪਰ ਇਹਦੇ ਵਾਸਤੇ ਚੰਗੀ ਗੱਲ ਇਹ ਹੈ ਕਿ ਸਾਰੇ ਬ ਤਾਂ ਵੀਡੀਓ ਦੀ ਕਿੰਨੀਆਂ ਪੋਸਟਾਂ ਸੀ ਆਪਣੇ ਕੋਲੇ 738 ਤੇ ਰੀਓਪਨ ਹੋਣ ਦੇ ਚਾਂਸਸ ਹੈਗੇ ਆ ਵਿਥਿਨ 10 ਦਿਨ ਲਈ ਓਪਨ ਹੋਗਾ ਇਦਾਂ ਹੀ ਹੈਗਾ ਕਿ ਬਹੁਤ ਲੰਬਾ ਸਮਾਂ ਮਿਲ ਜੂਗਾ ਤੁਹਾਨੂੰ ਕਿ ਹਾਂਜੀ ਤੁਸੀਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਰ ਸਕਦੇ ਹੋ ਬਹੁਤ ਲੰਬਾ ਸਮਾਂ ਨਹੀਂ ਮਿਲੂਗਾ ਤੇ ਹਾਂਜੀ ਕੀ ਗੱਲ ਹੋ ਰਹੀ ਹੈ ਯਾਦ ਰੱਖਿਏਗਾ ਆਪਣਾ ਕੀ ਹੈਗਾ ਕਿ ਆਪਣੇ ਕੰਪਿਊਟਰ ਹੁਣ ਉਹਨਾਂ ਨੇ ਹਟਾਤਾ ਨਾ ਕੰਪਿਊਟਰ ਸਰਟੀਫਿਕੇਟ ਉਹਨਾਂ ਨੇ ਰਿਮੂਵ ਕਰਤਾ ਤੇ ਇਹਦੇ ਹਟੋਣ ਨਾਲ ਆਪਣਾ ਸਿਲੇਬਸ ਵੀ ਚੇਂਜ ਹੋਣ ਦੇ ਚਾਂਸਸ ਹੈ ਕਿਉਂਕਿ ਜਦੋਂ ਹਰਿਆਣਾ ਤੇ ਰਾਜਸਥਾਨ ਵਿੱਚ ਪੇਪਰ ਲਏ ਜਾਂਦੇ ਸੀ ਨਾ ਤਾਂ ਉਹਦੇ ਵਿੱਚ ਵੀ ਵੀਡੀਓ ਦਾ ਐਗਜ਼ਾਮ ਸੀਗਾ ਠੀਕ ਹੈ ਪਰ ਉਹਨਾਂ ਦੇ ਵਿੱਚ ਕੋਈ ਕੰਪਲਸ਼ਨ ਨਹੀਂ ਸੀਗੀ ਕੰਪਿਊਟਰ ਦੀ ਬਟ ਇੱਥੇ ਆਪਣੇ ਹੁਣ ਇਹਨਾਂ ਨੇ ਕਿਹਾ ਕਿ ਕੰਪਿਊਟਰ ਆਪਣੇ ਐਡਵਰਟਾਈਜ਼ਮੈਂਟ ਵਿੱਚੋਂ ਹੀ ਹਟਾਤਾ ਕੰਪਿਊਟਰ ਸਰਟੀਫਿਕੇਟ ਵੀ ਹਟਾਤਾ ਤੇ ਹੁਣ ਕੀ ਕੀ ਹੋ ਸਕਦਾ ਤਾਂ ਚੰਗੀ ਪੋਜ਼ਿਟਿਵੀਆਂ ਨੈਗੇਟਿਵ ਕੀ ਹੋ ਸਕਦਾ ਆਪਣੇ ਸਾਰੇ ਦੇ ਸਾਰੇ ਬੱਚੇ ਇਸ ਚੀਜ਼ ਨੂੰ ਭਰ ਸਕਦੇ ਆ ਤੇ ਤੁਸੀਂ ਆਪਦੇ ਆਪ ਨੂੰ ਡੀਮੋਟੀਵੇਟ ਨਹੀਂ ਕਰਨਾ ਜਿਹੜੇ ਬੱਚੇ ਪਹਿਲਾਂ ਭਰ ਚੁੱਕੇ ਆ ਉਹ ਆਪਦੇ ਆਪ ਨੂੰ ਡੀਮੋਟੀਵੇਟ ਫੀਲ ਨਾ ਕਰਨ ਹਨਾ ਤੇ ਜਿਹੜੇ ਬੱਚਿਆਂ ਨੇ ਨਵੇਂ ਕਈ ਬੱਚੇ ਫਾਰਮ ਨਹੀਂ ਭਰ ਪਾਈ ਸੀਗੇ ਪੋਰਟਲ ਬੰਦ ਹੋ ਗਿਆ ਸੀ ਜਾਂ ਬਹੁਤ ਸਾਰੇ ਨੈਟਵਰਕ ਇਸ਼ੂਜ਼ ਆ ਗਏ ਸੀਗੇ ਤਾਂ ਹੁਣ ਉਹ ਬੱਚੇ ਦੁਬਾਰਾ ਵੀਡੀਓ ਐਗਜ਼ਾਮ ਭਰ ਸਕਦੇ ਆ ਤੇ ਕੰਪੀਟੀਸ਼ਨ ਨੋ ਡਾਊਟ ਵਧੇਗਾ ਕਿਉਂਕਿ ਜ਼ਿਆਦਾਤਰ ਆਪਣਾ ਕੀ ਸਾਰੇ ਬੱਚੇ ਭਰ ਸਕਦੇ ਹਨਾ ਸਾਰੇ ਬੱਚੇ ਭਰ ਸਕਣਗੇ ਸਾਰੇ ਬੱਚੇ ਭਰ ਸਕਣਗੇ ਤੇ ਮਤਲਬ ਕਿ ਕੰਪੀਟੀਸ਼ਨ ਕਿਤਨਾ ਕਿਤੇ ਇੱਕ ਲੈਵਲ ਤੇ ਹੋਊਗਾ ਤੇ ਤੁਸੀਂ ਸਾਰੇ ਜਣੇ ਆਪਦੀ ਇਦਾਂ ਹੀ ਤਿਆਰੀ ਕਰਦੇ ਰਹੋ ਆਪਣੀ ਸਾਰੀ ਕਲਾਸਿਸ ਇਦਾਂ ਹੀ ਚੱਲ ਰਹੀਆਂ ਤੇ ਸਭ ਤੋਂ ਸਹੀ ਜਾਣਕਾਰੀ ਪਾਉਣ ਲਈ ਸਾਡੇ ਨਾਲ ਜੁੜੇ ਰਹੋ ਪੰਜਾਬ ਐਗਜ਼ਾਮ ਰਿਜ਼ਲਟ ਗੁਰੂ ਮੈਂ ਤੁਹਾਡੀ ਹਰਜੋਤ ਕੌਰ ਮਾਨ ਹਰ ਰੋਜ਼ ਤੁਹਾਨੂੰ ਦੋ ਤੋਂ ਤਿੰਨ ਸਾਇੰਸੀ ਕਲਾਸ ਵਿੱਚ ਮਿਲ ਤੇ ਕੇਅਰ ਗੋਡ ਬlesਸ ਯੂ ਇਦਾਂ ਹੀ ਖੁਸ਼ ਰਹੋ